ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਜ ਤੇਸਤੀ ਦੇ ਦਿਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮਸਾਲਾ 버ਗਰ ਹੌਟ ਐਂਡ ਸਪਾਈਸੀ ਇਹਦੇ ਲਈ ਮਿਲेंगे ਰੈੱਡ ਚਿਲੀਜ਼ ਡ్రਾਈਡ ਇਹਨਾਂ ਨੂੰ ਆਪਾਂ ਬੋਇਲ ਕਰ ਲੈਣਾ ਪਹਿਲਾਂ ਪਾਣੀ ਦੇ ਵਿੱਚ 2 ਮਿੰਟ ਦੇ ਲਈ ਆਪਾਂ ਇਹਨਾਂ ਨੂੰ ਬੋਇਲ ਕਰਨਾ ਹੈ ਬੋਇਲ ਹੋ ਗਈਆਂ ਆਪਾਂ ਇਹਨਾਂ ਨੂੰ ਕੱਢ ਲੈਣੇ ਆਂ ਗ੍ਰਾਈਂਡਰ ਦੇ ਵਿੱਚ ਇਹਦੇ ਵਿੱਚ ਪਾ ਦਨੇ ਆ ਗਾਰਲਿਕ 4 ਕਲੋਸ ਗਾਰਲਿਕ ਦੇ ਲਏ ਆ ਮੈਂ 1/2 tsp ਸਾਲਟ 1/2 tsp ਗਰਮ ਮਸਾਲਾ ਤੇ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਜਿਹਦੇ ਵਿੱਚ ਆਪਾਂ ਮਿਰਚਾਂ ਬੋਇਲ ਕੀਤੀਆਂ ਮੈਂ ਉਹੀ ਵਾਲਾ ਪਾਣੀ ਚੁਆਇਸ ਕੀਤਾ ਹੈ ਗ੍ਰਾਈਂਡ ਕਰ ਲੈਣੇ ਆ ਪੇਸਟ ਬਣ ਜਾਣਾ ਇਹਦਾ ਸਮੂਥ ਪੋਟੈਟੋ ਲੈ ਆ ਮੈਂ ਬੋਇਲ ਕਰਕੇ ਮੈਸ਼ ਕਰ ਲੈਣੇ ਇਹਨਾਂ ਨੂੰ ਇਸ ਵਿੱਚ ਪਾ ਦਨੇ ਆ 1 ਟੇਬਲस्पून ਕਾਰਨ ਫਲਾਵਰ हाफ टी स्पून सोल्ट हाफ टी स्पून गरम मसाला हाफ़ टी स्पून रेड चिली पाउडर मिक्स कर लेने हैं लें ची तरह यदी आप बनावेंगे टिक्की बर्गर पाने शेप तीस अपने हिसाब न दे सकते हैं मोटी या पतली अगर बर्गर पतले रखने हैं टिक्की ਤਾਂ ਤੁਸੀਂ ਪਤਲੀ ਪੀ ਬਣਾ ਸਕਦੇ ਆ ਮੈਂ ਥੋੜੀ ਜਿਹੀ ਥਿੱਕ ਰੱਖਣੀ ਆ ਇਹ ਜਿਹੜੇ 버ਗਰ ਆਪਣੇ ਬਣਨੇ ਆ ਬਹੁਤ ਹੀ ਸਪਾਈਸੀ ਬਣਨੇ ਆ ਅਗਰ ਤੁਸੀਂ ਸਪਾਈਸੀ ਨਹੀਂ ਖਾਂਦੇ ਤਾਂ ਤੁਸੀਂ ਇਹਦੇ ਵਿੱਚ ਸਾਸ ਜਿਹੜੀ ਆ ਘੱਟ ਐਡ ਕਰਿਓ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸ਼ੇਪ ਦੇ ਲੈਣੀ ਆ ਕਿਸੇ ਪਾਸਿਓਂ ਵੀ ਫੱਟੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਇਹਨਾਂ ਦੇ ਵਿੱਚ ਤੇਲ ਭਰ ਜਾਣਾ ਹੈ ਟਿੱਕੀਆਂ ਰੈਡੀ ਆ ਆਪਾਂ ਇਹਨਾਂ ਨੂੰ ਫਰਾਈ ਕਰ ਲੈਣੇ ਆ ਸ਼ੈਲੋ ਫਰਾਈ ਕਰਾਂਗੇ ਥੋੜਾ ਜਿਹਾ ਔਇਲ ਲੈ ਲੈਨੇ ਆਪਾਂ ਪੈਨ 'ਚ ਟਿੱਕੀਆਂ ਐਡ ਕਰਤੀਆਂ ਮੈਂ ਮੀਡੀਅਮ ਫਲੇਮ ਦੇ ਉੱਤੇ ਆਪਾਂ ਇਹਨਾਂ ਨੂੰ ਕੁੱਕ ਕਰਨਾ ਹੈ ਸ਼ੈਲੋ ਫਰਾਈ ਕਰਨਾ ਹੈ ਪਲਟ-ਪਲਟ ਕੇ ਆਪਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈ ਟਿੱਕੀਆਂ ਤੇ ਹੁਣ ਆਪਾਂ ਇਹਦੇ ਤੇ ਸੌਸ ਐਡ ਕਰ ਦਨੇ ਆ ਜਿਹੜੀ ਆਪਾਂ ਬਣਾਈ ਸੀ ਚਿਲੀ ਦੀ ਤੁਸੀਂ ਜੇ ਤਿੱਖਾ ਨਹੀਂ ਖਾਂਦੇ ਤਾਂ ਸੌਸ ਬਹੁਤ ਘੱਟ ਯੂਜ਼ ਕਰਿਓ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਹਿਲਾ ਲੈਣਾ ਆ ਤਾਂ ਜੋ ਜਿਹੜਾ ਮਸਾਲਾ ਆ ਆਪਣਾ ਇਹਨਾਂ ਦੇ ਉੱਤੇ ਕੋਟ ਹੋ ਜਵੇ ਟਿੱਕੀਆਂ ਰੈਡੀ ਹੋ ਗਈਆਂ ਇਹਨਾਂ ਨੂੰ ਆਪਾਂ ਪਲੇਟ 'ਚ ਕੱਢ ਲੈਣੇ ਆ ਤੇ ਇੱਕ ਤਵੇ ਦੇ ਉੱਤੇ ਆਪਾਂ ਥੋੜਾ ਜਿਹਾ ਆਇਲ ਪਾਵਾਂਗੇ ਤੇ ਮਸਾਲਾ ਤੇ ਦੇਤੇ ਆਪਾਂ ਰੱਖਦੇ ਆ ਬਰਗਰ ਬੰਨ ਚੰਗੀ ਤਰ੍ਹਾਂ ਮਸਾਲਾ ਲੱਗ ਜਵੇ ਜਿਹੜੇ ਬਰਗਰ ਬੰਸ ਨੂੰ अगेन ਤੁਸੀਂ ਸਪਾਈਸੀ ਨਹੀਂ ਖਾਂਦੇ ਤਾਂ ਸੌਸ ਬਹੁਤ ਘੱਟ ਯੂਜ਼ ਕਰਿਓ ਇਹਦੇ ਲਈ ਕਿਉਂਕਿ ਇਹ ਜੜੀਆਂ ਰੈੱਡ ਡਰਾਈ ਚਿਲੀ ਹੁੰਦੀਆਂ ਆ ਇਹ ਬਹੁਤ ਹੀ ਸਪਾਈਸੀ ਹੁੰਦੀਆਂ ਆ बंज रेडी रह है अपने हम आप फिलिंग कर मैं लिया आ करीम सॉस फिलिंग अपने हिसाब न जी भी कोवेलेबल हैगी तो पा सकते हैं मैं लैटस लिया ले कंबड़ी आ टमेटो थोड़ा जवाने कैचअप टिक्की रख दें उत्ते चीज़ ਨਓ ਜੀ ਆਪਣਾ ਮਸਾਲਾ 버ਗਰ ਰੈਡੀ ਆ ਅਗਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਈਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਥੈਂਕ ਯੂ ਸੋ ਮੱਚ